ਉਸ ਦਿਨ ਤੁਸੀਂ ਮੈਨੂੰ ਉਹ 71 ਸੈਕਟਰ ਮਿਲੇ ਸੀ ਇੱਕ ਵਾਰ, ਉਹ ਆਪਣੇ ਬਾਈ ਦਾ ਘਰ ਆ ਯਾਰ ਛੋਟਾ, ਰਾਤੀ ਬੁਲਟ ਲੈਣ ਆਏ ਸੀਗੇ। ਮੈਂ ਕਿਹਾ ਕਿਆ ਕਰ ਰਹੇ ਹੋ ਹੁਣ? ਕਹਿੰਦਾ ਮੈਂ ਯਾਰ ਚੰਡੀਗੜ੍ਹ ਜਾਣਾ 15 ਸੈਕਟਰ ਸਹੇਲੀ ਨੂੰ ਮਿਲਣ ਯਾਰ। ਹਾਂ ਯਾਰ ਤੂੰ ਮਰਵਾ ਦੇ। ਤੇ ਬਾਈ ਤੈਨੂੰ ਕਿਵੇਂ ਲੱਗਿਆ ਯਾਰ ਉਹ ਟ੍ਰੇਲਰ ਦਾ? ਤੂੰ ਵੀ ਥੋੜਾ ਜਿਹਾ ਮੜ ਜਾ ਚੈਨਲ ਪਾ ਦੇ, ਮੁਰਦਾ ਜਿਹਾ ਟ੍ਰੇਲਰ ਭੁੱਲ ਗਏ ਸੀ। ਜਿੰਨਾ ਖਾਧਾ ਨਾ ਉਹਨੂੰ ਸਵੇਰ ਦਾ 1 ਰੁਪਏ ਦਾ ਨਹੀਂ ਯਾਦ। ਟ੍ਰੇਲਰ ਕਹਿਣ ਲੱਗਾ ਇੱਜ਼ਤ ਵਾਲੀ ਮਾਨ ਸਤਿਕਾਰ ਵਾਲੀ ਗੱਲ ਹੈ, ਪਦਮ ਸ਼੍ਰੀ ਮਿਲਣਾ ਚਾਹੀਦਾ ਤੁਹਾਨੂੰ। ਮੈਂ ਖਾਣਾ ਦੱਸ ਦੇ ਤੂੰ, ਮਤਲਬ ਇਹ ਕਿਆ ਚੱਕਰ ਹੈ ਸਵੇਰੇ ਪੰਜਾਬ ਯੂਨੀਵਰਸਿਟੀ ਰਾਤੀ 3v2 ਖਿੱਚ ਪਈ ਜਾਂਦੀ ਹੈ? ਇਹ ਬਾਈ ਹੁਣ ਸਾਥ ਹੀ ਇਹੋ ਜਿਹਾ ਮਿਲ ਗਿਆ ਸਾਨੂੰ ਸੂਟਾਂ ਵਾਲੀ ਬਾਈ। ਜਾਂ ਦੇਖੋ ਆਪਾਂ ਇੱਥੇ ਖੜੇ ਹੁਣ ਉਹ ਵੇਖ ਕੇ ਜਾਂਦੀ ਵੀ ਮੇਰੀ ਗਲਤੀ ਥੋੜ੍ਹੀ ਆ। ਹੋਰ ਬਾਈ ਜੀ ਕਿਆ ਹਾਲ ਹੈ? ਵਧੀਆ ਵਧੀਆ ਜਾਣ ਤੁਸੀਂ? ਹਾਏ ਹਾਏ ਮੈਂ ਕਿਹਾ ਰੀਲਾਂ ਤੇ ਜਮਾ ਨੇਰੀ ਠਾਈ ਹੋਈ ਆ ਤੁਸੀਂ ਹੈ? ਬਸ ਤੁਹਾਡੇ ਕਰਕੇ ਹੀ ਆ। ਹਾਏ ਹਾਏ ਤੁਹਾਡੇ ਕਰਕੇ ਹੀ ਆ। ਹੋਰ ਵੀਰੇ ਕਿਆ ਹਾਲ ਹੈ? ਬਾ ਵਧੀਆ ਵੀਰੇ, ਆਪਾਂ ਕੱਲ ਮਿਲੇ ਸੀ। ਹਾਂਜੀ ਪੱਕਾ। ਨਹੀਂ ਉਸ ਦਿਨ ਤੁਸੀਂ ਮੈਨੂੰ ਉਹ 71 ਸੈਕਟਰ ਮਿਲੇ ਸੀ ਇੱਕ ਵਾਰ, ਉਹ ਆਪਣੇ ਬਾਈ ਦਾ ਘਰ ਆ ਯਾਰ ਛੋਟਾ, ਰਾਤੀ ਬੁਲਟ ਲੈਣ ਆਏ ਸੀਗੇ। ਮੈਂ ਕਿਹਾ ਕਿਆ ਕਰ ਰਹੇ ਹੋ ਹੁਣ? ਕਹਿੰਦਾ ਮੈਂ ਯਾਰ ਚੰਡੀਗੜ੍ਹ ਜਾਣਾ 15 ਸੈਕਟਰ ਸਹੇਲੀ ਨੂੰ ਮਿਲਣ ਯਾਰ। ਹਾਂ ਯਾਰ ਤੂੰ ਮਰਵਾ ਦੇ ਤੂੰ ਮਰਵਾ ਦੇ। ਅੱਛਾ ਬਾਈ ਯਾਰ ਬੜੀ ਸੋਹਣੀ ਪੱਗ ਬਣੀ ਹੈ, ਕਿਆ ਚੱਕਰ? ਇੱਕ ਇੱਕ ਵੱਟ ਜਮਾਂ ਲੈਣ ਤੇ ਹੈ, ਆਦਤ ਪੈ ਗਈ ਰੋਜ਼ ਬੰਨਣ ਦੀ ਹੁਣ। ਵਾਹਿਗੁਰੂ ਯਾਰ। ਬਾਈ ਤੂੰ ਵੀ ਪੱਗ ਬੰਨਿਆ ਕਰ ਯਾਰ, ਸੋਹਣਾ ਲੱਗਦਾ। ਬਾਈ ਨੂੰ ਸਿਖਾਣੀ ਆ ਆਪਾਂ ਪੱਗ ਬੰਨਣੀ। ਬਾਈ ਰੱਖਣ ਲੱਗਾ ਬਾਲ ਦੁਆਰੇ, ਬੈਕ ਤੋਂ ਸਿੱਖੀ ਆਊਗਾ ਹੁਣ। ਓਹੋ ਅਰਜਨ ਢਿੱਲੋਂ ਵਾਲਾ ਗਾਣਾ ਮੇਰਾ ਚਿੱਤ ਕਰਦਾ ਕੇਸ ਰੱਖ ਲਾਂ ਫੇਰ ਜੀ। ਬਾਤ ਨਹੀਂ ਬਸ ਬਾਈ। ਹਾਂ ਬਾਈ ਯਾਰ ਆਪਾਂ ਨੇ ਇੱਕ ਬਹੁਤ ਪਹਿਲਾਂ ਨਾ ਗੱਲ ਕੀਤੀ ਸੀਗੀ ਕਿ ਸਹੇਲੀ ਹੈਗੀ ਹੈ, ਤੁਸੀਂ ਕਿਹਾ ਸੀ ਹਾਂ ਇੱਕ ਹੈਗੀ ਹੈ ਦਿਲ ਦੇ ਨੇੜੇ ਹੈਗੀ ਹੈ, ਅਤੇ ਮੈਂ ਕਿਹਾ ਸੀ ਬਾਈ ਬਾਈ ਜੇ ਮਤਲਬ ਸਿਰੇ ਚੜ ਜੂ ਗੱਲ ਤੁਸੀਂ ਪਤਾ। ਹਾਂ ਅਤੇ ਬਾਈ ਨੇ ਪਤਾ ਕਿਆ ਕਿਹਾ? ਮੈਂ ਕਿਹਾ ਬਾਈ ਸਿਰੇ ਚੜ ਜੂ ਗੱਲ? ਕਹਿੰਦਾ ਨਹੀਂ ਨਹੀਂ ਬਣਕੀ ਤਾਂ ਨਿਭਾ ਲਾਂਗੇ, ਨਿਭਾ ਲਾਂਗੇ ਨਹੀਂ ਤਾਂ ਹੋਰ ਕੋਈ ਹੋਰ ਲਭਾ ਲਾਂਗੇ ਕਹਿੰਦਾ। ਹੁਣ ਕਈ ਜਿਵੇਂ ਇਹ ਤੇ ਮੈਂ ਸਾਨੂੰ ਮੇਰੇ ਖਿਆਲ ਚ 18 ਸਾਲ ਹੋ ਚੱਲੇ ਨਾਲ, 18 ਸਾਲ ਹੋ ਗਏ ਵੀਰੇ ਨਾਲ। ਐਵੇਂ ਦੋ ਤਿੰਨ ਹੋਰ ਯਾਰ ਬੇਲੀ ਨੇ, ਕਈ ਭਰਾ ਜਿਹੜੇ ਹੁਣ ਵੀ ਮਿਲੇ ਨੇ। ਬਟ ਇੱਕ ਹੁੰਦਾ ਨਾ ਕਿ ਬੰਦੇ ਦਾ ਪਤਾ ਲੱਗ ਜਾਂਦਾ ਦੁਨੀਆਦਾਰੀ 'ਚ ਰਹਿ ਗਏ, ਕੌਣ ਪੈਸਿਆਂ ਨੂੰ ਲੈ ਗਿਆ, ਕੌਣ ਕਿਵੇਂ ਲੈ ਗਿਆ। ਸੋ ਅੱਜ ਕੱਲ੍ਹ ਮੇਨ ਚੀਜ਼ ਜਿਹੜੀ ਮੰਨੀ ਜਾਂਦੀ ਨਾ ਉਹ ਪੈਸਾ ਮੰਨਿਆ ਜਾਂਦਾ ਵਾ, ਠੀਕ ਹੈ। ਬੰਦਾ ਪੈਸਿਆਂ ਨੂੰ ਆਪਣਾ ਤਾਂ ਇਹ ਕਹਿਣਾ ਕਿ ਪੈਸੇ ਤਾਂ ਵੀਰੇ ਇੱਕ ਉਹ ਕੰਮ ਆ, ਪੈਸੇ ਤਾਂ ਕੰਜਰੀਆਂ ਕੋਲ ਵੀ ਹੁੰਦੇ ਨੇ, ਯਾਰ ਕਮਾਓ। ਜਿਹੜੀ ਸਿੱਧੀ ਗੱਲ ਵੀਰੇ, ਪੈਸੇ ਤਾਂ ਕੰਜਰੀਆਂ ਕੋਲ ਵੀ ਹੁੰਦੇ ਨੇ, ਪੈਸੇ ਯਾਰ ਕਮਾਓ। ਐਂਡ ਤੇ ਮੋਢੇ ਪੈਸਿਆਂ ਨੇ ਨਹੀਂ ਦੇਣੇ, ਯਾਰਾਂ ਨੇ ਦੇਣੇ ਆ, ਠੀਕ ਹੈ। ਅੱਛਾ ਵੀਰੇ ਅੱਜ ਕੱਲ੍ਹ ਫਿਰ ਕਿਹੜੀ ਕੋਈ ਹਾਸਲ ਪ੍ਰਾਪਤੀ ਹੋਈ ਕਿ ਚੱਲ ਰਹੀ ਹੈ ਕਿ ਕਿਵੇਂ, ਮਤਲਬ ਜਿਹੜੀ ਵੀਰੇ ਕਿਉਂਕਿ ਵੀਰੇ ਅੱਜ ਤਾਂ ਮੈਂ ਆਇਆ। ਅੱਛਾ ਬਥੇਰੀਆਂ ਨੇ ਹਾਸਲ ਪ੍ਰਾਪਤੀਆਂ ਨੇ, ਮੈਂ ਤੁਹਾਨੂੰ ਦੱਸ ਦੇਣਾ ਕਿਉਂਕਿ ਵੀਰੇ ਅੱਜ ਤਾਂ ਮੈਂ ਕੈਮਰੇ ਮਾਈਕ ਨਾਲ ਆਇਆ। ਵੈਸੇ ਜਦੋਂ ਮੈਂ ਘੁੰਮ ਰਿਹਾ ਹੁੰਦਾ ਨਾ ਬਾਈ ਰੋਜ਼ ਹੁੰਦਾ ਹੈ, ਤੇ ਮੈਂ ਕਿਸੇ ਕੁੜੀ ਨਾਲ ਦਿਖਿਆ ਤੈਨੂੰ ਅੱਜ ਤੱਕ? ਇਹ ਦੱਸ ਦੇ, ਤੂੰ ਇਹ ਦੱਸ ਦੇ, ਨਾਲ ਨਹੀਂ ਹੁੰਦੇ ਪਿੱਛੇ ਦੇ ਜ਼ਰੂਰ ਹੁੰਦੇ ਹੋ? ਪਿੱਛੇ ਜਾਣ, ਪਿੱਛੇ ਤੂੰ ਕਿਸੇ ਨੂੰ ਬੋਲਾ, ਇਹ ਤਾਂ ਕਿਸੇ ਕੁੜੀ ਦੇ ਪਿੱਛੇ ਜਾਣਾ ਆਪਣਾ ਕੰਮ ਨਹੀਂ ਹੈ। ਅੱਛਾ ਪਿੱਛੇ ਆਉਂਦੀਆਂ? ਆਉਂਦੀਆਂ ਬਹੁਤ ਦਿਨ ਜਾਂਦੇ ਨਹੀਂ। ਇੱਕ ਤਾਂ ਕਲੇਮ ਵੀ ਕਰਦੀ ਸੀ, ਇੱਕ ਕਲੇਮ ਵੀ ਕਰਦੀ ਸੀ, ਉਹ ਜਾਣ ਬਹੁਤ ਕੁਝ। ਉਹ ਕੌਣ ਸੀ? ਉਹ ਕੌਣ ਸੀ? ਕੀ ਕਲੇਮ? ਇੱਕ ਜਿਹੜੀ ਕਲੇਮ ਕਰਦੀ ਸੀ ਮੈਂ ਇਹਦੀ ਸਹੇਲੀ ਹੈ। ਮੇਰੀ ਕਿਹੜੀ ਕਲੇਮ ਕਰਦੀ ਗੁਰੂਆ? ਮੈਂ ਤਾਂ ਹੈਰਾਨ ਹੋ ਗਿਆ, ਕਿਹੜੀ ਹੈ? ਉਹ ਛੋਟੀ ਜੀ ਸੀ ਜਿਹੜੀ ਸਰਦਾਰ ਨਾਲ ਘੁੰਮਦੀ ਹੁੰਦੀ ਸੀ। ਸਰਦਾਰ ਨਾਲ? ਨਾ ਮੇਰੇ ਨਾਲ ਨਹੀਂ ਬਾਈ,
ਆਪਣਾ ਭਰਾ ਵਾ ਨਾ ਮਜ਼ਾਕ ਹਾਸਾ ਬੱਲਾ ਚੱਲਦਾ ਵਾ ਵੀਰੇ, ਸਿੰਗਲ ਰਹੋ, ਐਸ਼ ਕਰੋ, ਕੋਈ ਸਿਆਪੇ ਜਿਹਾ ਨਾ ਰਹੋ ਬਾਈ। ਆਪਾਂ ਜਾਣਦੇ, ਮੈਨੂੰ ਲੱਗਦਾ ਆਪਾਂ ਸਭ ਤੋਂ ਪਹਿਲਾਂ ਮਿਲੇ ਸੀ ਪੰਜਾਬ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਹੁਣ 6-7 ਮਹੀਨੇ ਹੋ ਗਏ ਜਾਣਦੇ ਹੋ, ਹੈ ਨਾ? 8 ਮਹੀਨੇ ਹੋ ਚਲੇ, 8 ਮਹੀਨੇ ਤੇ ਆਪਾਂ ਨੇ ਕਰਿਆ ਸੀ, ਉਹ ਵੀ ਬੜੀ ਆਪਣੀ ਰੀਲ ਚੜੀ। ਹਾਂ, ਉਹ ਵੀ ਵਾਵਾ ਚੱਲੀ ਸੀ ਜਾਣ, ਉਹ ਪੁਰਾਣਾ ਚੈਨਲ ਥੋੜੀ ਜੀ ਕੁੰਡੀ ਜੀ ਪਾ ਕੇ, ਕੁੰਡੀ ਵਸਾਈ ਸੀ ਤੁਸੀਂ ਕਿਤੇ, ਉਹ ਕੁੰਡੀ ਕੱਢਣੀ ਪੈ ਗਈ, ਕੁੰਡੀ ਕੱਢਣੀ ਪੈ ਗਈ, ਨਹੀਂ ਤਾਂ ਉਹਦਾ ਕੰਮ ਵਾਧੂ ਚੱਲ ਗਿਆ ਸੀਗਾ। ਤੇ ਤੇ ਵੀਰੇ ਹੁਣ ਮਤਲਬ ਸੂਟਾਂ ਵਾਲੀ ਬਾਈ ਜਾਂ ਦੇਖੋ ਆਪਾਂ ਇੱਥੇ ਖੜੇ, ਹੁਣ ਉਹ ਵੇਖ ਕੇ ਜਾਂਦੀ ਵੀ ਮੇਰੀ ਗਲਤੀ ਥੋੜੀ ਆ, ਉਹ ਗੱਲ ਹੋ ਜਾਂਦੀ ਜੇ ਉਹ ਮਾਂ ਨੇ ਮੁੰਡਾ ਹੀ ਸੋਹਣਾ ਜੰਮਿਆ ਤਾਂ ਹੁਣ ਅਸੀਂ ਕੀ ਕਰ ਸਕਦੇ ਵੀਰੇ। ਬੇਬੇ ਹੁਣ ਤੱਕ ਸੁੱਕਾ ਫੇਰੇ ਲਾਉਂਦੀ, ਇੰਨੀ ਸੋਹਣੇ ਪੁੱਤ ਦੀਆਂ। ਤੇ ਬਾਈ ਯਾਰ ਮਤਲਬ ਜੇ ਚੂਜ਼ ਕਰਨਾ ਹੋਵੇ ਲੰਬੇ ਵਾਲਾਂ ਵਾਲੀ ਕੁੜੀ ਜਾਂ ਛੋਟੇ ਵਾਲਾਂ ਵਾਲੀ, ਕਟਿੰਗ ਵਾਲੀ ਜਾਂ ਮਤਲਬ ਸਮਝੀ ਜਾ, ਲੰਬੇ ਵਾਲਾਂ ਵਾਲੀ, ਗੁੱਤ ਵਾਲੀ ਕੁੜੀ ਬਾਈ, ਗੁੱਤ ਗੋਡਿਆਂ ਨੂੰ ਟੱਚ ਕਰਦੀ ਸੀ ਜੋ। ਹਾਂ ਜੀ, ਲਾਲ ਵਾਲ ਲੰਬੇ ਛੋਟੇ ਮੈਟਰ ਨਹੀਂ ਕਰਦੇ, ਦਿਲ ਚੰਗਾ ਮੈਟਰ ਕਰਦਾ। ਰੀਲਾਂ ਚੜਵਾ ਚੜਵਾ ਕੇ ਨਾ ਇੰਨਾ ਪੱਕਾ ਹੋ ਚੁੱਕਾ, ਇਹਨੂੰ ਪਤਾ ਕਿਹੜੀ ਕਿਹੜੀ ਲੈਣਾ ਚੱਲਣੀ, ਕਿੱਥੇ ਬੋਲਣੀ ਹੈ, ਦਿਲ ਵੱਡਾ ਹੋਣਾ ਚਾਹੀਦਾ। ਹੁਣ ਪਤਾ ਮੇਰੀ ਗੱਲ ਸੁਣੋ, ਤੂੰ ਕੁਛ ਨੀ ਉੱਥੋਂ ਐਵੇਂ ਲਿਆ ਕੇ ਵੱਲਦਾ ਸਾਨੂੰ, ਹੁਣ ਅਸੀਂ ਵੀ ਉੱਥੋਂ ਨਿਕਲਣਾ ਹੈ ਨਾ, ਅਸੀਂ ਵੀ ਉੱਥੋਂ ਨਿਕਲਣਾ, ਤੂੰ ਵੱਲਦਾ ਹੈ, ਤੂੰ ਕਹਿੰਦਾ ਕਿ ਇੱਥੇ ਫਸਣ, ਮਤਲਬ ਕਿਆ ਚੱਕਰ ਪੈ ਗਿਆ ਜੀ? ਉਹ ਤਾਂ ਸ਼ੁਰੂ ਤੋਂ ਹੀ ਜਿਵੇਂ ਪੜ੍ਹੇ ਲਿਖੇ ਵੀ ਆ, ਉੱਥੋਂ ਦੀ ਡਿਗਰੀ ਵੀ ਹੈਗੀ ਆਪਣਾ ਪਾਸ ਆਊਟ ਜੀ, ਉਹ ਤਾਂ ਫਿਰ ਮਜ਼ਾ ਆਉਂਦਾ ਜਾਂ ਜੀ ਖੜ ਕੇ ਨਾ ਯਾਰ ਦੋਸਤ ਜੇ ਬਹਿ ਕੇ ਜਿਵੇਂ ਭਰਾਵਾਂ 'ਚ ਬਹਿ ਗਏ, ਵਧੀਆ ਫੀਲ ਹੁੰਦਾ, ਕੋਈ ਡਿਪਰੈਸ਼ਨ ਨਹੀਂ ਸਿਰ 'ਤੇ, ਕੋਈ ਚੱਕਰ ਨਹੀਂ, ਕੋਈ ਫ੍ਰੀ ਮਾਇੰਡ ਰਹਿੰਦਾ, ਬੰਦਾ ਹੱਸਦਾ ਖੇਡਦਾ ਰਹਿੰਦਾ। ਚਾਰ ਯਾਰ ਇਕੱਠੇ ਹੋ ਜਾਂਦੇ, ਸ਼ੁਗਲ ਮੇਲਾ ਕਰ ਲਈਦਾ, ਕਦੇ ਕਿਸੇ ਨਾਲ ਟੰਗ ਫੜ ਲਈ, ਕਦੇ ਕਿਸੇ ਦੀ ਟੰਗ ਫੜ ਲਈ, ਅਸੀਂ ਮਜ਼ਾਕ ਕਰਕੇ ਰੋਟੀ ਰੋਟੀ ਖਾ ਕੇ ਘਰ ਆ ਜਾਈਦਾ, ਪਰ ਇੱਕ ਸ਼ਾਮ ਦਾ ਪੱਕਾ ਗੇੜਾ ਆਪਣਾ 3v2 ਦਈਏ। ਅੱਛਾ, ਪਰ ਇਹ ਮਤਲਬ ਇਹ ਕਿਆ ਚੱਕਰ ਹੈ, ਸਵੇਰੇ ਪੰਜਾਬ ਯੂਨੀਵਰਸਿਟੀ ਰਾਤੀ 3v2 ਖਿੱਚ ਪਈ ਜਾਂਦੀ ਹੈ? ਇਹ ਬਾਈ ਹੁਣ ਸਾਥ ਹੀ ਇਹੋ ਜਿਹਾ ਮਿਲ ਗਿਆ ਸਾਨੂੰ, ਸਾਥ ਮਿਲ ਗਿਆ, ਸਾਥ ਮਿਲ ਗਿਆ ਜਾਂ ਸਾਥ ਲੱਭਣ ਆਉਂਦੇ ਹੋ? ਹੈ ਜਾਨ, ਸਾਥ ਮਿਲ ਗਿਆ ਜਾਂ ਸਾਥ ਲੱਭਣ ਆਉਂਦੇ ਹੋ? ਨਹੀਂ ਜਾਨ, ਸਾਥ ਲੱਭਣਾ ਕਿਵੇਂ, ਭਰਾ ਹੈਗੇ ਨੇ ਨਾਲ, ਸਿੱਖ ਰਿਹਾ ਬਾਈ ਵੀ, ਸਿੱਖ ਰਿਹਾ ਬਾਈ ਵੀ, ਸਿੱਖ ਰਿਹਾ ਬਾਈ, ਤੂੰ ਆ ਜਾ ਵਿੱਚ ਆ ਜਾ ਯਾਰ, ਕੀ ਹੋ ਗਈ ਗੱਲ ਯਾਰ? ਦੋ ਉਸ ਦਿਨ ਮੈਨੂੰ ਲੱਗਦਾ ਜੀ ਆਪਾਂ ਚਾਰ ਯਾਰ ਖੜੇ ਸੀਗੇ ਤੇ ਦੋ ਉੱਚ ਵਿਆਏ ਬੜੇ ਸੀਗੇ ਯਾਰ, ਉਹ ਪਤਾ ਨਹੀਂ ਕੌਣ ਸੀਗੇ, ਮੈਨੂੰ ਇੱਕ ਵਿਆਹ ਸੀ ਜਾਣ, ਇੱਕ ਵਿਆਹ ਜਿਹੜਾ ਬੜਾ ਪਰੇਸ਼ਾਨ ਸੀ ਆਏ ਵਰ, ਬਾਕੀ ਸਭ ਛੜੇ ਨਹੀਂ, ਪਰੇਸ਼ਾਨ ਸੀਗਾ ਉਹ, ਬੜਾ ਪਰੇਸ਼ਾਨ ਸੀ, ਪਰੇਸ਼ਾਨੀ ਉਹ ਠੀਕ ਹੋ ਗਿਆ ਜਾਣੋ ਵੀ, ਉਹ ਠੀਕ ਹੈ, ਵਿੱਕੀ ਵਿੱਕੀ ਮੇਰਾ, ਵਿੱਕੀ ਦੀ ਗੱਲ ਆ, ਵਿੱਕੀ ਸੰਧੂ, ਵਿੱਕੀ ਮੈਂ ਤੇ ਪੰਕਜ, ਹੁਣ ਠੀਕ ਹੈ, ਹਾਂ ਚਿੱਲਾ ਚਿੱਲਾ ਉਹ ਵਾਲਾ ਕੰਮ ਹੋ ਗਿਆ, ਮੈਨੂੰ ਲੱਗਦਾ ਉਹ ਮੈਰਿਡ ਸਿੰਗਲ ਹੈ। ਨਹੀਂ ਨਹੀਂ ਨਹੀਂ, ਮੈਰਿਡ ਆ, ਮੈਰਿਡ ਖੁਸ਼ ਆ ਵੀਰੇ, ਬਾਬਾ ਜਵਾਕ ਦਾ ਵੇ ਛੇਤੀ, ਜਿੰਨੀ ਖਾ ਕੇ ਤੁਰੇ ਨੇ ਨਾ ਇਹਨਾਂ ਨੂੰ ਇਹ ਨਹੀਂ ਯਾਦ ਘਰ ਤੋਂ ਕਿੰਨੇ ਵਜੇ ਨਿਕਲੇ ਸੀ ਤੇ ਕਦੋਂ ਵੜਨਾ ਹੈ ਯਾਰ, ਇਹ ਤਾਂ ਬੜੀ
ਇੱਜ਼ਤ ਵਾਲੀ ਗੱਲ ਹੈ, ਇੱਜ਼ਤ ਵਾਲੀ ਮਾਨ ਸਤਿਕਾਰ ਵਾਲੀ ਗੱਲ ਹੈ, ਪਦਮ ਸ਼੍ਰੀ ਮਿਲਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ, ਮੈਂ ਨਹੀਂ ਇਹਦਾ ਲੀਡਰ ਨੇ, ਇੱਧਰ ਇੱਧਰ ਮੈਂ ਤਾਂ ਖਾਂਦਾ ਹੀ ਨਹੀਂ, ਰਹਿੰਦੇ ਨਹੀਂ ਜਾਨ, ਮੈਂ ਖਾਣਾ ਦੱਸ ਦੇ ਤੂੰ, ਨਾ ਅਸੀਂ ਤਾਂ ਨਹੀਂ ਖਾਈ ਕਦੇ, ਹਾਂ ਤੂੰ ਨਹੀਂ ਖਾਦਾ, ਮੈਨੂੰ ਤੇਰਾ ਨਹੀਂ ਪਤਾ ਬਾਈ, ਬਾਈ ਤਾਂ ਜਿਵੇਂ ਡੱਕਿਆ ਰਹਿੰਦਾ, ਨਹੀਂ ਨਹੀਂ ਜਾਣ ਆਪਾਂ ਜਿਹੜੀ ਚੀਜ਼ ਕਰਦੇ ਕਰਦੇ ਵੀਰੇ ਖਾਈ ਦੀ ਯਾਰ, ਸਿੱਧੀ ਗੱਲ ਖਾਂਦੇ ਖਾਂਦੇ ਆ, ਕੀ ਕਰ ਲੂਗਾ ਕੋਈ, ਹੋਰ ਕੌਣ ਕੀ ਕਰ ਲੂਗਾ, ਉਹਦੇ ਪੈਣਾ ਦੀ ਖਾਂਦੇ ਯਾਰ, ਗੱਲ ਖਤਮ, ਗੱਲ ਖਤਮ, ਗੱਲ ਖਤਮ ਹੀ ਕਰ ਦੋ ਫਿਰ, ਹਨਾ 5-7 ਮਿੰਟ ਤਾਂ ਬਹੁਤ ਹੋ ਗਏ, ਬਹੁਤ ਜ਼ਿਆਦਾ ਹੋ ਗਏ, ਬਹੁਤ ਜ਼ਿਆਦਾ ਹੋ ਗਏ, ਇੰਨੀਆਂ ਲਾਈਨਾਂ ਉਹਨੇ ਚੱਕ ਕੇ ਮਾਰਤੀਆਂ, ਦਿਲ ਵੱਡਾ ਨਹੀਂ ਹੋਣਾ ਚਾਹੀਦਾ, ਛੋਟਾ ਹੋਣਾ ਚਾਹੀਦਾ, ਬਸ ਹੁਣ ਇਹ ਵੀ ਬੜੇ ਚਲਾਕ ਨੇ, ਇਹ ਵੀ ਬੜੇ ਚਲਾਕ, ਕੱਟਣਗੇ ਵੀ ਤੇਰੀਆਂ ਹੀ, ਫਿਰ ਚੱਲਦੇ ਆ, ਚੱਲ ਥੈਂਕ ਯੂ ਵੀਰੇ, ਕੱਟ ਦੋ ਹੁਣ, ਥੈਂਕ ਯੂ ਯਾਰ।